ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ। ਮੈਂ ਸਾਰੀ ਰਾਤ ਫੋਨ ਦੇਖਦੀ ਰਹੀ, ਉਹਨੂੰ ਕੋਈ ਫੋਨ ਨਹੀਂ ਆਇਆ। ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਕੈਨੇਡਾ ਦੇ ਵਿੱਚ ਇਹ ਨੌਜਵਾਨ ਟਰੱਕ ਚਲਾਉਂਦਾ ਸੀ, ਮਹਿਜ਼ 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਟਰੱਕ ਦੇ ਵਿੱਚੋਂ ਸਮਾਨ ਸ਼ਿਫਟ ਕਰਨ ਵੇਲੇ ਭਿਆਨਕ ਹਾਦਸਾ ਹੋ ਗਿਆ। ਬੈਲਟ ਟੁੱਟਣ ਕਾਰਨ ਸਾਰਾ ਸਮਾਨ ਉੱਪਰ ਡਿੱਗ ਪਿਆ। ਤਰਨ ਤਾਰਨ ਦੇ ਪੰਜਵੜ ਕਲਾਂ ਦਾ ਇਹ ਨੌਜਵਾਨ ਰਹਿਣ ਵਾਲਾ ਸੀ, ਸੋ ਸਾਰਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ। ਦੱਸਦੇ ਕਿ 3 ਸਾਲ ਦੀ ਧੀ ਦਾ ਪਿਤਾ ਸੀ, ਪਰਿਵਾਰ ਦੇ ਵੱਲੋਂ ਕਰਜ਼ਾ ਚੁੱਕ ਚੁੱਕ ਕੇ ਇਸ ਨੂੰ ਵਿਦੇਸ਼ ਭੇਜਿਆ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਬਿਰਧ ਮਾਤਾ ਪਿਤਾ, ਪਤਨੀ ਤੇ 3 ਸਾਲ ਦੀ ਧੀ ਨੂੰ ਛੱਡ ਗਿਆ। 33 ਸਾਲ ਇਸ ਦੀ ਉਮਰ ਸੀ। ਦੱਸਦੇ ਕਿ ਮਾਂ ਦੇ ਨਾਲ ਥੋੜਾ ਸਮਾਂ ਗੱਲਬਾਤ ਕੀਤੀ, ਮੌਤ ਤੋਂ ਪਹਿਲਾਂ ਹਾਲ ਚਾਲ ਪੁੱਛਿਆ ਤਾਂ ਚੜ੍ਹਦੀ ਕਲਾ ਕਹਿ ਕੇ ਫੋਨ ਕੱਟ ਦਿੱਤਾ। ਤਾਂ ਹੁਣ ਇਸ ਦੀ ਦਰਦਨਾਕ ਮੌਤ ਹੋ ਗਈ। ਕੈਨੇਡਾ ਦੇ ਵਿੱਚ ਦਮ ਤੋੜ ਦਿੱਤਾ, ਟਰੱਕ ਚਲਾਉਂਦਾ ਸੀ, 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ, ਕਰਜ਼ਾ ਚੁੱਕ ਕੇ ਪਰਿਵਾਰ ਦੇ ਵੱਲੋਂ ਸੁਬੇਗ ਸਿੰਘ ਨੂੰ ਕੈਨੇਡਾ ਭੇਜਿਆ ਸੀ। ਤਾਂ ਟਰੱਕ ਦੇ ਵਿੱਚੋਂ ਸਮਾਨ ਸ਼ਿਫਟ ਕਰਨ ਵੇਲੇ ਹਾਦਸਾ ਹੋ ਗਿਆ। ਬੈਲਟ ਟੁੱਟਣ ਕਾਰਨ ਸਾਰਾ ਸਮਾਨ ਸੁਬੇਗ ਸਿੰਘ ਦੇ ਉੱਪਰ ਡਿੱਗ ਪਿਆ। ਤਾਂ ਤਰਨ ਤਾਰਨ ਦੇ ਪੰਜਵੜ ਕਲਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਬੜਾ ਵੀਰ ਮੇਰਾ ਕਰਜ਼ਾ ਚੁੱਕ ਕੇ ਬਹੁਤ ਭੇਜਿਆ ਸੀ, ਔਖੇ ਹੋ ਗਏ ਆਪਣੇ ਬੇਟੇ ਨੂੰ ਬਾਹਰ ਭੇਜਿਆ ਵੀ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ। ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਗਏ ਨੂੰ, ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਸੀ, ਕੋਈ ਗੱਲ ਨਹੀਂ ਲੇਟ ਬਣ ਗਿਆ। ਅਜੇ ਥੋੜ੍ਹੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ, ਥੋੜ੍ਹੇ ਦਿਨ ਹੋਏ ਆ, ਬਸ ਉਹ ਲੋਟ ਲੈ ਕੇ ਜਾਣ ਡਿਆ, ਬੇਲਟਾਂ ਲੱਗ ਗਿਆ, ਬੇਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ੍ਹ ਗਈਆਂ, ਮਹਾਰਾਜ ਜਾਣਦਾ ਜਾਂ ਉਹ ਖੋਲ੍ਹਣ ਲੱਗਾ ਬੇਲਟਾਂ, ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ। ਮੇਰਾ ਪੁੱਤ ਥੱਲਿਓਂ ਨਹੀਂ ਨਿਕਲਿਆ, ਵੀਡੀਓ ਆਉਣ ਡਈਆਂ, ਮੈਂ ਸਾਨੂੰ ਅਗਲੇ ਦਿਨ ਪਤਾ ਲੱਗਾ। ਉੱਧਰ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਡਈ ਆ, 10 ਮਿੰਟ ਪਹਿਲਾਂ ਗੱਲ ਹੋਈ ਆ, ਮੇਰੇ ਨਾਲ ਉਹ ਗੱਲਾਂ ਕੀਤੀਆਂ। ਮੈਂ ਕਿਹਾ ਪੁੱਤ ਚੰਗਾ ਆਉਂਦਾ ਚੰਗਾ ਮਾਤਾ, ਮੈਂ ਤੁਰਨ ਲੱਗਾ, ਮੈਂ ਪੁੱਤ ਧਿਆਨ ਨਾ ਜਾਇਓ, ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਆ। ਅਸੀਂ ਬੜਾ ਕਰਜ਼ਾ ਚੁੱਕ ਕੇ ਕੀਤਾ, ਅਸੀਂ ਗਰੀਬ ਬੰਦੇ, ਅਸੀਂ ਕਰ ਨਹੀਂ ਸਕਦੇ। ਇੱਕੋ ਉਹਦੀ ਬੇਟੀ ਛੋਟੀ ਆ, ਅਜੇ ਉਹ 3 ਸਾਲਾਂ ਦੀ ਨਹੀਂ ਹੋਈ, ਅਸੀਂ ਕੁਛ ਕਰ ਨਹੀਂ ਸਕਦੇ ਇਹਦਾ। ਹੁਣ ਇਹ ਗਾੜੀ ਮਹਾਰਾਜ ਨੂੰ ਪਤਾ ਕੀ ਹੋਣਾ ਚਾਹੀਦਾ। ਭਾਈ ਨੂੰ ਕੈਨੇਡਾ ਘੱਲਿਆ ਸੀ ਵਰਕ ਵੀਜ਼ੇ 'ਤੇ, ਅਤੇ 8 ਕੁ ਮਹੀਨੇ ਹੈਗੇ ਉਹਨੂੰ ਹਾਲੇ, 7 ਕੁ ਮਹੀਨੇ ਲਾਇਸੈਂਸ ਬਣਿਆ ਸੀ ਉਹਨਾਂ ਦਾ, ਅਤੇ ਹੁਣ ਗੱਡੀ ਮਿਲੀ ਥੋੜ੍ਹੇ ਕੁ ਦਿਨ ਹੀ ਆਏ, ਹਾਲੇ 5-7 ਦਿਨ ਹੀ, ਅਤੇ ਲੋਡ ਲੈ ਕੇ ਆਇਆ ਅਤੇ ਬੈਲਟਾਂ ਬੁਲਟਾਂ ਹੀ ਕਿਤੇ ਖੋਲ੍ਹਣ ਡਿਆ, ਅਤੇ ਉਹ ਸਲੈਬਾਂ ਲੱਦੀਆਂ ਪੱਥਰ ਦੀਆਂ ਕਿਤੇ ਉੱਤੇ, ਉਹ ਸਲੈਬਾਂ ਹੀ ਡਿੱਗ ਗਈਆਂ ਉੱਤੇ, ਅਤੇ ਡੈਥ ਹੋ ਗਈ ਉਹਨਾਂ ਦੀ। ਹਾਂਜੀ ਕਰਜ਼ਾ ਹੀ ਚੁੱਕੇ, ਤੁਹਾਨੂੰ ਪਤਾ ਘਰਾਂ 'ਚ ਕਿੰਨੀ ਕੰਮ ਦਿਨ ਹੁੰਦੀ ਕਿਤੇ, ਅਤੇ ਔਖਾ ਹੋਇਆ ਪਿਆ ਕੰਮ ਹੁਣ ਤਾਂ ਸਾਰੇ ਬੰਨੀ। ਆਹ ਗੁੜੀਆ ਹੀ ਆ, ਭੈਣ ਮੇਰੀ ਇੱਕ। ਹਾਂਜੀ ਮੇਰਾ ਨਾਮ ਸ਼ਰਨਪ੍ਰੀਤ ਆ। ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ, ਮੈਂ ਸਾਰੀ ਰਾਤ ਫੋਨ ਦੇਖਦੀ ਰਹੀ, ਉਹਨੂੰ ਕੋਈ ਫੋਨ ਨਹੀਂ ਆਇਆ। ਮੇਰੇ ਨਾਲ ਇੱਕ ਦਿਨ ਪਹਿਲਾਂ ਗੱਲ ਹੋਈ ਉਹਨਾਂ ਦੀ।
ਹਾਂਜੀ ਮਾਤਾ ਜੀ, ਕਿਸ ਤਰ੍ਹਾਂ ਤੁਸੀਂ ਭੇਜਿਆ ਬੱਚੇ ਨੂੰ? ਬੜਾ ਵੀਰ ਮੇਰਾ ਕਰਜ਼ਾ ਚੁੱਕ ਕੇ ਬਹੁਤ ਭੇਜਿਆ ਸੀ, ਔਖੇ ਹੋ ਗਏ ਆਪਣੇ ਬੇਟੇ ਨੂੰ ਬਾਹਰ ਭੇਜਿਆ, ਅਤੇ ਚਲੋ ਸਾਡੇ ਘਰ ਗਰੀਬੀ, ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ, ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਗਏ ਨੂੰ, ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਸੀ, ਕੋਈ ਗੱਲ ਨਹੀਂ ਲੇਟ ਬਣ ਗਿਆ, ਅਜੇ ਥੋੜ੍ਹੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਵੀ, ਥੋੜ੍ਹੇ ਦਿਨ ਹੋਏ ਆ, ਬਸ ਉਹ ਲੋਟ ਲੈ ਕੇ ਜਾਣ ਡਿਆ, ਬੈਲਟਾਂ ਲੱਗ ਗਿਆ, ਬੈਲਟ ਨੂੰ ਹੱਥ ਲਾਇਆ, ਪਤਾ ਨਹੀਂ ਆਪਣੇ ਆਪ ਖੁੱਲ੍ਹ ਗਈਆਂ, ਮਹਾਰਾਜ ਜਾਣਦਾ, ਜਾਂ ਉਹ ਖੋਲ੍ਹਣ ਲੱਗਾ ਬੈਲਟਾਂ, ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਗਿਆ, ਮੇਰਾ ਪੁੱਤ ਥੱਲਿਓਂ ਨਹੀਂ ਨਿਕਲਿਆ, ਵੀਡੀਓ ਆਉਣ ਡਈਆਂ, ਸਾਨੂੰ ਅਗਲੇ ਦਿਨ ਪਤਾ ਲੱਗਾ, ਉੱਦਣ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਡਈ ਆ, 10 ਮਿੰਟ ਪਹਿਲਾਂ ਗੱਲ ਹੋਈ ਆ, ਮੇਰੇ ਨਾਲ ਉਹ ਗੱਲਾਂ ਕੀਤੀਆਂ, ਮੈਂ ਕਿਹਾ ਪੁੱਤ ਚੰਗਾ ਆਉਂਦਾ, ਚੰਗਾ ਮਾਤਾ, ਮੈਂ ਤੁਰਨ ਲੱਗਾ, ਮੈਂ ਪੁੱਤ ਧਿਆਨ ਨਾ ਜਾਇਓ, ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ, ਅਸੀਂ ਬੜਾ ਕਰਜ਼ਾ ਚੁੱਕ ਕੇ ਕੀਤਾ, ਅਸੀਂ ਗਰੀਬ ਬੰਦੇ, ਅਸੀਂ ਕਰ ਨਹੀਂ ਸਕਦੇ, ਇੱਕੋ ਉਹਦੀ ਬੇਟੀ ਛੋਟੀ ਆ, ਅਜੇ ਉਹ 3 ਸਾਲਾਂ ਦੀ ਨਹੀਂ ਹੋਈ, ਅਸੀਂ ਕੁਛ ਕਰ ਨਹੀਂ ਸਕਦੇ ਇਹਦਾ।